ਉੱਤੇ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਹੈ ਤੇ ਵਲਟੋਆ ਸਾਹਿਬ ਅੱਜ ਹੀ ਗਏ ਸੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਰਾਜਨੀਤਿਕ ਪਾਰਟੀ ਹੈ ਉਹਦੇ ਬੁਲਾਰੇ ਨੇ ਇਸ ਗੱਲ ਤੋਂ ਕੋਈ ਝੁਟਲਾ ਨਹੀਂ ਸਕਦਾ ਤੇ ਮੈਂ ਤੇ ਇਹੀ ਗੱਲ ਜਸਰਾਜ ਸਾਹਿਬ ਨੂੰ ਬੇਨਤੀ ਕੀਤੀ ਕਿ ਆਪਾਂ ਕੋਈ ਰਾਜਨੀਤਿਕ ਪਾਰਟੀਆਂ ਨੂੰ ਨਾ ਲਈਏ ਕਿਉਂਕਿ ਇਹ ਗੱਲ ਜਿਹੜੀ ਹੈ ਜਿਸ ਵਕਤ ਸਿਰੇ ਚੜਦੀ ਹੈ ਕ੍ਰੈਡਿਟ ਡਿਸਕ੍ਰੈਡਿਟ ਦੇ ਚੱਕਰ ਦੇ ਵਿੱਚ ਹਮੇਸ਼ਾ ਤਾਰਪੀਟ ਹੋਈ ਹੈ ਮੇਰੀ ਕੋਈ ਨਿੱਜੀ ਤੇ ਵਲਟੋਆ ਸਾਹਿਬ ਨਾਲ ਬੜੀ ਪਿਆਰੀ ਸਾਂਝ ਰਹੀ ਹੈ ਅਸੀਂ ਇਕੱਠੇ ਕੰਮ ਕੀਤਾ ਪਰ ਜਿਹੜੀ ਗੱਲ ਮੇਰੇ ਉੱਤੇ ਕਹਿ ਰਹੇ ਨੇ ਕਿ ਮੇਰੀ ਬੀਜੇਪੀ ਦੇ ਨਾਲ ਸਾਂਝ ਹੈ ਮੇਰੀ ਭਾਰਤ ਦੀ ਸਰਕਾਰ ਦੇ ਨਾਲ ਸਾਂਝ ਹੈ ਮੇਰੀ ਦਿੱਲੀ ਦੀ ਸਰਕਾਰ ਦੇ ਨਾਲ ਸਾਂਝ ਹੈ ਕਿਉਂਕਿ ਮੈਂ ਇੱਕ ਕਮੇਟੀ ਚਲਾ ਰਿਹਾ ਔਰ ਮੈਨੂੰ ਕਮੇਟੀ ਚਲਾਉਣ ਵਾਸਤੇ ਸਾਰੀਆਂ ਸਰਕਾਰਾਂ ਦੇ ਨਾਲ ਸਾਂਝ ਰੱਖੀ ਆਪਣੇ ਕੌਮ ਦੇ ਕੰਮ ਕਰਾਉਣੇ ਨੇ ਸੋ ਮੈਂ ਕੋਈ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਨਹੀਂ ਹਾਂ ਮੈਂ ਭਾਰਤੀ ਜਨਤਾ ਪਾਰਟੀ ਦੀ ਸਟੇਜਾਂ ਤੇ ਨਹੀਂ ਜਾਂਦਾ ਮਗਰ ਮੈਨੂੰ ਦਿੱਲੀ ਦੇ ਵਿੱਚ ਰਹਿੰਦੇ ਹੋਏ ਸਰਕਾਰਾਂ ਦੇ ਨਾਲ ਸਾਂਝਗਾਂਢ ਰੱਖਣੀ ਬਹੁਤ ਜ਼ਰੂਰੀ ਹੈ ਤਜਰਬੇ ਦਾ ਜ਼ਿਕਰ ਕਰ ਰਹੇ ਨੇ ਵਲਟੋਆ ਸਾਹਿਬ ਹਾਲਾਂਕਿ ਉਹਨਾਂ ਤੋਂ ਵੀ ਜਵਾਬ ਲੈਣੇ ਆ ਅਕਾਲਕਾ ਸਾਹਿਬ ਉਹਨਾਂ ਦਾ ਕਹਿਣਾ ਕਿ ਜੋ ਵਕੀਲ ਸਲਾਹ ਨਹੀਂ ਦੇ ਸਕਦੇ ਉਹ ਮੇਰੇ ਵੱਲੋਂ ਦਿੱਤੀ ਜਾ ਸਕਦੀ देखो बलटोआ साहब नू बहुत वड्डा एक्सपीरियंस है मगर मैं समझदा कि इह सलावां दी गल है नहीं उत्थे जाके क्योंकि जिस वक्त जिहड़ी कमेटी अकाल तख्त साहिब दे जथेदार साहिब ने बनाई है वह उहदे उत्ते इह क्रम लाया गया कि असीं जाके अपनी गल रख सकीए और गल रखण वास्ते मैनूं नहीं लगता कि धामी साहब तों वधिया कोई एक्सपीरियंस बंदा होए पटना साहब दे जथेदार प्रधान साहब नू पाया जा सकदा सी दमदमी टकसाल दे ताकि लोगां दे विच मेरा कोई परसनल मतभेद नहीं है किसी नाल मगर मैं यह चाहता वा कि सिर्फ धर्म दिया धार्मिक संस्थावां ने उन्हां दे नुमाइंदे हो ना कि राजनीतिक पार्टियां दे हो ठीक है ਵਲਟੋਆ ਸਾਹਿਬ ਕੀ ਕਹੋਗੇ ਦੇਖੋ ਇੱਕ ਗੱਲ ਜ਼ਰੂਰ ਕਹਿ ਰਹੇ ਨੇ ਕਾਲਕਾ ਸਾਹਿਬ ਕਿ ਇਸ ਦੇ ਨਾਲ ਕ੍ਰੈਡਿਟ ਵਾਰ ਦੇ ਚੱਕਰ ਦੇ ਵਿੱਚ ਜਿਹੜਾ ਮਸਲਾ ਹੈ ਉਹ ਸੌਰਟ ਆਊਟ ਹੋਣ ਤੋਂ ਹਰ ਵਾਰ ਰਹਿ ਜਾਂਦਾ ਹੈ ਇਸ ਕਰਕੇ ਉਹਨਾਂ ਨੇ ਅਪੀਲ ਕੀਤੀ ਮੈਂ ਇੱਕ ਵਲਟੋਆ ਸਾਹਿਬ ਦੀ ਗੱਲ ਕਰਨ ਤੋਂ ਪਹਿਲੇ ਇੱਕ ਜ਼ਰੂਰ ਬੇਨਤੀ ਕਰਾਂਗਾ ਕਿਉਂਕਿ ਜਿਸ ਵਕਤ ਮੈਨੂੰ ਫੋਨ ਤੇ ਲਿਆ ਗਿਆ ਹਾਂਜੀ ਮੈਂ ਖਾਸ ਪੁੱਛਿਆ ਸੀ ਕਿ ਇਹ ਫੋਨੋਂ ਲਿਆ ਜਾ ਰਿਹਾ ਜਾਂ ਆਪਾਂ ਡਿਬੇਟ ਦੇ ਆ ਕਿਉਂਕਿ ਦੇਖੋ ਇਹ ਕਿਸੇ ਦੇ ਨਾਲ ਨਿੱਜੀ ਆਪਣੇ ਵਿਤਕਰੇ ਤੇ ਹੈ ਨਹੀਂ ਹੈ ਇਹ ਕੌਮ ਦਾ ਸਾਂਝਾ ਕੰਮ ਹੈ ਅਸੀਂ ਹੁਣੇ ਕੋਈ ਗੱਲ ਕਰਨਗੇ ਮੈਂ ਕੋਈ ਗੱਲ ਕਰਾਂਗਾ ਉਹ ਇੱਕ ਤਕਰਾਰ ਵਿੱਚ ਜਾਏਗਾ ਔਰ ਅਸੀਂ ਕਮੇਟੀ ਹਲੇ ਤੱਕ ਤੇ ਅਕਾਲ ਤਖ਼ਤ ਸਾਹਿਬ ਦੇ ਜਸਾਂ ਨੇ ਇਹਨਾਂ ਨੂੰ ਪਾਇਆ ਹੋਇਆ ਕੱਲ ਅਸੀਂ ਕਮੇਟੀ ਵਾਸਤੇ ਕੰਮ ਕਰਾਂਗੇ ਤੇ ਫਿਰ ਕੋਈ ਨਾ ਕੋਈ ਆਪਣੇ ਦਿਲ ਦੀ ਚਪੁਜੀ ਨਾ ਰਵੇ ਸੋ ਮੇਰੀ ਬੇਨਤੀ ਆ ਨਹੀਂ ਤੁਸੀਂ ਦੋਵੇਂ ਸੀਨੀਅਰ ਹੋ ਸੁਲਝੇ ਹੋਏ ਆਪਾਂ ਇਸ ਅਜੇ ਤਾਂ ਕੁਝ ਨਹੀਂ ਹੋਇਆ ਜਿਹਦੇ ਸਵਾਲ ਜਵਾਬ ਚ ਨਾ ਪਈਏ ਜਥੇਦਾਰ ਸਾਹਿਬ ਨੂੰ ਮੈਂ ਆਪਣੇ ਵੱਲੋਂ ਅਰਜ਼ ਰੱਖੀ ਹੈ ਮੰਨਣਾ ਨਾ ਮੰਨਣਾ ਉਹਨਾਂ ਦੀ ਹੈ ਮੇਰੇ ਸੀਨੀਅਰ ਵੀ ਰਹੇ ਨੇ ਵਲਟੋਆ ਸਾਹਿਬ ਔਰ ਮੈਂ ਇਹਨਾਂ ਦਾ ਸਤਿਕਾਰ ਕਰਦਾ ਸੋ ਮੈਨੂੰ ਪਲੀਜ਼ ਇਹਨਾਂ ਨਾਲ ਡਿਬੇਟ ਨਾ ਪਾਇਆ ਜਾਏ ਡਿਬੇਟ ਦੇ ਵਿੱਚ ਆਪਾਂ ਪਾਵਾਂਗੇ ਤੇ ਜਿਹੜੇ ਮਕਸਦ ਵੀ ਚੱਲੇ ਆ ਉਹ ਮਕਸਦ ਤੋਂ ਪਿੱਛਾ ਨਹੀਂ ਚਲੋ ਰਿਐਕਸ਼ਨ ਲੈ ਲੈਂਦੇ ਹਾਂ ਕੋਈ ਡਿਬੇਟ ਵਾਲੀ ਗੱਲ ਨਹੀਂ ਹੈ ਤੁਸੀਂ ਸਾਡੇ ਛੋਟੇ ਭਰਾ ਜੇ ਮੇਰੀ ਬੇਨਤੀ ਇਹ ਨਹੀਂ ਹੈ ਮੈਂ ਧਾਮੀ ਸਾਹਿਬ ਛੱਡ ਦਿਓ ਹਮਦਰਦ ਸਾਹਿਬ ਵੀ ਛੱਡ ਦਿਓ ਸਾਡੀ ਭੈਣ ਕਮਲਦੀਪ ਨੂੰ ਵੀ ਛੱਡ ਦਿਓ ਤਾਂ ਮੈਨੂੰ ਤਾਂ ਬਿਲਕੁਲ ਹੀ ਛੱਡ ਦਿਓ ਤੁਸੀਂ ਇਕੱਲੇ ਹੀ ਨੇਪੇ ਚੜਾ ਦਿਓ ਤੇ ਮੈਂ ਨੰਗੇ ਪੈਰੀ ਆਣ ਕੇ ਤੁਹਾਨੂੰ ਸਨਮਾਨਿਤ ਕਰੂੰਗਾ ਤੇ ਪੂਰਾ ਟਕਾ ਕੇ ਕ੍ਰੈਡਿਟ ਦਊਂਗਾ ਔਰ ਕੌਮ ਨੂੰ ਦਵਾਉਂਗਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਹੂੰਗਾ ਕਿ ਤੁਹਾਨੂੰ ਬੇਨਤੀ ਕਰੂੰਗਾ ਕਿ ਇਹ ਜਿਹੜਾ ਕਾਰਜ ਨੇਪਰੇ ਚਾੜਿਆ ਕਾਲਕਾ ਸਾਹਿਬ ਨੇ ਤੇ ਇਹਨਾਂ ਨੂੰ ਜਿਹੜਾ ਆ ਕਿਸੇ ਉਪਾਧੀ ਨਾਲ ਨਵਾਜਿਆ ਜਾਵੇ ਅਸੀਂ ਤੇ ਬੇਨਤੀ ਕਰਨ ਵਾਲੇ ਆ ਅਸੀਂ ਉਹ ਆ ਜਿਹਨਾਂ ਨੇ ਦਾਦਾ ਸਾਹਿਬ ਜੇਲ੍ਹਾਂ ਕੱਟੀਆਂ ਆ ਤੇ ਸੰਘਰਸ਼ ਲੜੇ ਆ ਤੇ ਜਿਹੜੇ ਅੱਜ ਵੀ ਹਮਦਰਦੀ ਰੱਖਦੇ ਆ ਤੇ ਜਾ ਕੇ ਉਹ ਰਾਜਵਾਲਾ ਪਰਿਵਾਰ ਨੂੰ ਪੁੱਛਿਆ ਜੇ ਵਿਰਸਾ ਸਮਲਟੋਆ ਉਹਨਾਂ ਵਾਸਤੇ ਕੀ ਹੈ ਪ੍ਰਧਾਨ ਰਿਹਾ ਤਦ ਜਦ ਕੋਈ ਨਾਮ ਨੀ ਲੈਂਦਾ ਸੀ ਦਿੱਲੀ ਦੇ ਵਿੱਚ ਫੈਡਰੇਸ਼ਨ ਦਾ ਇਹ ਗੱਲਾਂ ਸਾਰਿਆਂ ਨੇ ਕੀਤੀਆਂ ਮਗਰ ਉਸ ਵਕਤ ਤੁਹਾਡੀ ਕੋਲ ਖੁਦ ਮੁਖਤਿਆਰੀ ਸੀ ਆਪਣੇ ਡਿਸੀਜਨ ਲੈਣ ਦੀ ਅੱਜ ਤੁਸੀਂ ਬੰਦੇ ਹੋਏ ਹੋ ਤੁਹਾਡੇ ਉੱਪਰ ਹਾਈ ਕਮਾਂਡ ਬੈਠੀ ਹੈ ਹੁਣ ਉਹ ਜਿਹਨਾਂ ਦੇ ਰਾਜਨੀਤਿਕ ਮੁਫਾਦ ਨੇ ਆਪਾਂ ਉਸ ਗੱਲ ਨੂੰ ਡਿਨਾਈ ਨਹੀਂ ਕਰ ਸਕਦੇ राजनीतिक पार्टी का एक खूटा बनिया ओनू भी आप डिनाई नहीं कर सकते मैं एक बेनती करा जी हां जी ਵਲਟੋਆ ਸਾਹਿਬ 20 ਦੇ ਵਿੱਚ ਨਿਰਧਾਰਿਤ ਕੀਤੇ ਗਏ ਸੀ ਉਹਨਾਂ ਤੇ ਹਮੇਸ਼ਾ ਚੱਲਿਆ ਆ ਜਿਹੜੇ ਸਿਧਾਂਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈ ਭਾਵੇਂ ਕਿ ਤੁਸੀਂ ਵੀ ਆਪਣੇ ਆਪ ਨੂੰ ਅਕਾਲੀ ਹੋਣ ਦਾ ਦਾਅਵਾ ਕਰਦੇ ਜੀ ਪਰ ਅਕਾਲੀ ਹੋਣ ਵਾਸਤੇ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ਤੁਸੀਂ ਅੰਮ੍ਰਿਤ ਛਕਿਆ ਤੁਸੀਂ ਛਕਿਆ ਜੀ
ਜਿਹਨੇ ਕਿਹਾ ਅਮਰਿੰਦਰ ਨਹੀਂ ਚੱਕਿਆ ਤੁਹਾਡੇ ਪਤਾ ਨਹੀਂ ਪ੍ਰਧਾਨ ਤੁਹਾਡੇ ਦਿੱਲੀ ਦੇ ਪ੍ਰਧਾਨ ਸਾਹਿਬ ਨੇ ਚੱਕਿਆ ਨਹੀਂ ਚੱਕਿਆ ਸਿਰਸਾ ਸਾਹਿਬ ਨੇ ਵੀ ਨਹੀਂ ਚੱਕਿਆ ਮੈਨੂੰ ਪਤਾ ਸਰ ਆਈ ਚਲੋ ਪੁੱਛੋ ਆਪਣੇ ਦਿੱਲੀ ਦੇ ਪ੍ਰਧਾਨ ਸਾਹਿਬ ਨੂੰ ਸਰਨਾ ਸਾਹਿਬ ਨੂੰ ਜਿਹੜੀ ਪਾਰਟੀ ਨੂੰ ਇੰਨੇ ਸਾਲ ਗੱਲਾਂ ਕਰਦੇ ਨੇ ਉਹਨਾਂ ਨੂੰ ਪੁੱਛੋ ਉਹਨਾਂ ਦੇ ਕਿਰਾਏ ਹੋਏ ਸਮਾਗਮ ਦੇ ਵਿੱਚ ਉਹਨਾਂ ਦੇ ਕਿਰਾਏ ਹੋਏ ਅੰਮ੍ਰਿਤਸਰ ਚਾਰ ਵਿੱਚ ਸਾਨੂੰ 2000 ਚ ਛਕਿਆ ਹਾਂਜੀ ਸਰਨਾ ਸਾਹਿਬ ਦੇ ਵਿਰੁੱਧ ਲੜਦੇ ਰਹੇ ਆ ਮੈਂ ਤੇ ਕਹਿ ਰਿਹਾ ਤੁਸੀਂ ਛੱਡ ਕੇ ਭੱਜੇ ਜੇ ਕਿਹਨੂੰ ਤੁਸੀਂ ਛੱਡ ਕੇ ਭੱਜੇ ਜੇ ਗੱਲ ਸੁਣੋ ਹੁਣ 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 ਦੇਖੋ ਅਸੀਂ ਛੱਡ ਕੇ ਨਹੀਂ ਅਸੀਂ ਛੱਡ ਕੇ ਭੱਜੇ ਨਹੀਂ ਅਸੀਂ ਆਪਣਾ ਨਿੱਜੀ ਫੈਸਲਾ ਲਿਆ ਸਾਡੇ ਤੇ ਤੁਸੀਂ ਨਿੱਜੀ ਲੈ ਲੈਣਾ ਨਿੱਜੀ ਹੁੰਦਾ ਹੈ ਛੱਡ ਕੇ ਭੱਜੇ ਦੇਖੋ ਬਲਟਵਾ ਸਾਹਿਬ ਆਪਾਂ ਗੱਲ ਨਹੀਂ ਆਪਾਂ ਕੰਨਿਆ ਕੰਮ ਕਰਨਾ ਆ ਕੋਈ ਲਾਂਬੇ ਵਾਲੀ ਜਾਂ ਤਨ ਮਹੀਨੇ ਵਾਲੀ ਨਹੀਂ ਮੈਂ ਤੁਹਾਡਾ ਛੋਟੇ ਭਰਾ ਹੋਣ ਕਰਕੇ ਤੁਹਾਡਾ ਤੁਸੀਂ ਛੋਟੇ ਭਰਾ ਜੇ ਤੁਹਾਡਾ ਸਤਿਕਾਰ ਕਰਨਾ ਮੇਰੀ ਬੇਨਤੀ ਸੁਣ ਲਓ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਜੇ ਮੈਂ ਕਹੂੰਗਾ ਕਿ ਕਾਲਕਾ ਜੀ ਦੋ ਵਾਰਾਂ ਪ੍ਰਧਾਨ ਰਹੇ ਜੀ ਦਿੱਲੀ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਅਹੁਦੇਦਾਰ ਨੇ ਜੀ ਤੁਸੀਂ ਰਾਜਨੀਤਿਕ ਨਹੀਂ ਜੀ ਨਹੀਂ ਬਿਲਕੁਲ ਨਹੀਂ ਸਾਡੀ ਪਾਰਟੀ ਧਾਰਮਿਕ ਪਾਰਟੀ ਹੈ ਕੋਈ ਰਾਜਨੀਤਿਕ ਇਲੈਕਸ਼ਨ ਨਹੀਂ ਲੜੀ ਬਿਲਕੁਲ ਪਹਿਲੇ ਦੀ ਗੱਲ ਹੋ ਗਈ ਸੀ बाकी सब नू छड़ दे तुसी कल्ले ही करा दो ड्यूटी लाई है जिस दिन श्रोमणी कमेटी ने सानू बाहर कढ़िया सी क्या असीं अपने निजी तौर ते करांगे मैनू नहीं पता चलना कढ़िया जां नहीं कढ़िया जां तुसीं आप निकले जे ਤੁਸੀਂ ਤੇ ਆਪ ਕਹਿਤਾ ਸੀਗਾ ਕਿ ਮੈਂ ਹਿੱਸਾ ਨਹੀਂ ਬਣਨਾ ਜਿੱਥੇ ਸੁਖਬੀਰ ਸਿੰਘ ਬਾਦਲ ਬੈਠਾ ਹੋਊਗਾ ਤੁਹਾਨੂੰ ਤੇ ਬਾਦਲ ਸਾਹਿਬ ਤੋਂ ਜਾਂ ਬਾਦਲ ਦਲ ਤੋਂ ਹੁਣ ਜਿਹੜਾ ਆ ਜਿਹੜੇ ਬਾਦਲ ਅਕਾਲ ਬਾਦਲ ਸਾਹਿਬ ਦੀ ਪ੍ਰਧਾਨ ਕਿੱਥੇ ਨੇ ਅਕਾਲੀ ਦਲ ਚੱਲਦਾ ਤੁਹਾਨੂੰ ਤੋਂ ਉਹ ਤੋਂ ਵੀ ਐਲਰਜੀ ਹੋਈ ਹੈ ਨਾ ਮੈਨੂੰ ਕੋਈ ਐਲਰਜੀ ਨਹੀਂ ਹੈ ਮੈਨੂੰ ਰਾਜਨੀਤਿਕ ਪਾਰਟੀ ਨਾਲ ਕੋਈ ਐਲਰਜੀ ਨਹੀਂ ਹੈ ਜਿੱਥੇ ਤੁਸੀਂ ਉਹੀ ਸਵਾਲ ਉਠਾਇਆ ਸੀ ਨਾ ਕੱਲ੍ਹ ਸੁਖਬੀਰ ਸਿੰਘ ਬਾਦਲ ਵਿੱਚ ਨਹੀਂ ਇਸ ਕਰਕੇ ਨਹੀਂ ਆ ਸਕਦੇ ਜੀ ਆਪਾਂ ਇੱਥੇ ਜਦ ਕੋ ਅੱਜ ਅਸੀਂ ਬੈਠੇ ਇੱਥੇ ਰਾਜਨੀਤੀ ਸ਼ੁਰੂ ਕਰਤੀ ਦੇਖੋ ਆਪਾਂ ਛੱਡੀਏ ਯਾਰ ਆਪਾਂ ਗੱਲ ਚੁੱਕੀ ਲੈਣਾ ਜਿਹੜੀ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਆਇਆ ਉਹਨੂੰ ਵਜਾਓ पोस्टपोन जरूरी सी जे तुसीं जहेदर साहब नाल गल कर ली सी फिर पोस्टपोन जरूरी सी फिर जहेदर साहब ने तुहानूं दस्सा होना ਫਿਰ ਉਹਨਾਂ ਦੀ ਮੰਨ ਲਓ ਜਥੇਦਾਰ ਸਾਹਿਬ ਨਾਲ ਅਗਰ ਮੇਰੀ ਬੇਨਤੀ ਤੋਂ ਬਾਅਦ ਅਗਰ ਮੈਨੂੰ ਕੋਈ ਹੁਕਮ ਹੋਏਗਾ ਮੈਂ ਜ਼ਰੂਰ ਮੰਨੂੰਗਾ ਬਿਲਕੁਲ ਨਹੀਂ ਯਾਰ ਤੁਸੀਂ ਫੋਨ ਤੇ ਗੱਲ ਕਰ ਲੈਂਦੇ ਤੁਸੀਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆੜੀ ਚਰਚਾ ਇਹ ਛੇੜਨੀ ਚਾਹੀਦੀ ਸੀ ਕਿ ਅਕਾਲ ਤਖ਼ਤ ਸਾਹਿਬ ਨੇ ਭਾਈ ਸਰਾਜਵਾਨਾ ਦੀ ਰਿਹਾਈ ਵਾਸਤੇ ਆਹ ਯਤਨ ਕੀਤੇ ਆ ਤੇ ਚੱਕੇ ਤੋਂ ਤੁਸੀਂ ਹੋਰ ਹੀ ਖੇਡ ਜੀ ਬਣਾਤੀ ਹੈ ਤੁਹਾਨੂੰ ਜਵਾਬ ਆਇਆ ਨਹੀਂ ਕਲਕੱਤਾ ਸਾਹਿਬ ਅਜੇ ਤੱਕ ਜੋ ਤੁਸੀਂ ਬੇਨਤੀ ਕੀਤੀ ਹੈ ਹਾਂਜੀ ਜਵਾਬ ਆਇਆ ਤੁਹਾਨੂੰ ਅਜੇ ਤੱਕ ਜਥੇਦਾਰ ਸਾਹਿਬ ਦਾ ਮੈਨੂੰ ਹੱਥ ਤੱਕ ਕੋਈ ਨਹੀਂ ਆਇਆ